ਜੀ ਸਰ ਕੀ ਕਾਰਵਾਈ ਕੀਤੀ ਕਿਹੜਾ ਪਿੰਡ ਸੀ ਕੀ ਗੱਲਬਾਤ ਹੋਈ ਹੈ ਜੀ ਕੱਲ ਜਿਹੜੀਆਂ ਪੰਚਾਇਤੀ ਰਾਜ ਦੀਆਂ ਚੋਣਾਂ ਸੀ ਉਹ ਬਲੱਗਣ ਜਿਹੜਾ ਪਿੰਡ ਸੀ ਉਹਦੇ ਬੂਥ ਦੇ ਉੱਪਰ ਕਿਸੇ ਵੋਟ ਗਲਤ ਵੋਟ ਪੈਣ ਦੇ ਗੱਲੋਂ ਤਕਰਾਰ ਹੋਇਆ ਸੀ ਦੋਹਾਂ ਤਰ੍ਹਾਂ ਦਾ ਅਤੇ ਉਸ ਤਕਰਾਰ ਦੇ ਮੱਦੇਨਜ਼ਰ ਅਸੀਂ ਮਾਣਯੋਗ ਚੋਣ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਉਹਨਾਂ ਦੀ ਵਾਇਲੇਸ਼ਨ ਕਰਨ ਦੇ ਸੰਬੰਧ ਵਿੱਚ 15-15 16-16 ਬੰਦੇ ਦੋਵੇਂ ਤਰ੍ਹਾਂ ਦੇ ਜਿਹੜੇ ਵੀਡੀਓ ਅਤੇ ਗ੍ਰਾਫੀ ਦੇ ਰਾਹੀਂ ਅਸੀਂ ਟਰੇਸ ਕੀਤੇ ਸੀਗੇ ਉਹਨਾਂ ਦੇ ਖਿਲਾਫ਼ ਅਸੀਂ ਬਲੂਗੇ ਹੰਗਾਮੇ ਦਾ ਮੁਕੱਦਮਾ ਨੰਬਰ 94 ਜਿਹੜਾ ਵਾ ਉਹ ਦਰਜ ਕੀਤਾ ਵਾ ਅਤੇ ਮੁਕੱਦਮੇ ਦੀ ਤਫਤੀਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਅਤੇ ਜੋ ਹਾਲਾਤ ਵੈਰੀਫਿਕੇਸ਼ਨ ਤੋਂ ਬਾਅਦ ਸਾਹਮਣੇ ਆਉਣਗੇ ਉਹਨਾਂ ਦੇ ਮੁਤਾਬਕ ਅਸੀਂ ਮੁਕੱਦਮੇ ਦੀ ਤਫਤੀਸ਼ ਮੁਕੰਮਲ ਕਰਕੇ ਅਤੇ ਜਿਹੜਾ ਵਾ ਉਹ ਚਲਾਨ ਪੁੱਟ ਅਪ ਕਰਾਂਗੇ ਚੋਣਾਂ ਸਰ ਠੀਕ ਤਰ੍ਹਾਂ ਹੋ ਗਈਆਂ ਸੀਗੀਆਂ ਬਿਲਕੁਲ ਜੀ ਪੁਰ ਅਮਨ ਚੋਣਾਂ ਹੋ ਗਈਆਂ ਸਾਰਾ ਕੁਛ ਐਂ ਸ਼ਾਂਤੀ ਨਾਲ ਲੰਘ ਗਿਆ ਇਹਨਾਂ ਨੇ ਵੀ ਵਾਰ ਵਾਰ ਜਿਹੜੀ ਸੀ ਬੂਥ ਤੋਂ ਵਾਰ ਵਾਰ ਗੁੰਡਾਗਰਦੀ ਕੀਤੀ ਸੀ ਜਿਹਦੇ 'ਤੇ ਅਸੀਂ ਸਖ਼ਤ ਐਕਸ਼ਨ ਲਿਆ ਵਾ ਅਤੇ ਕੋਈ ਗ੍ਰਿਫਤਾਰੀ ਹੋਈ ਜੀ ਨਹੀਂ ਅਜੇ ਇਹ ਬਲੂਗੇ ਹੰਗਾਮੇ ਦਾ ਮੁਕੱਦਮਾ ਵਾ ਇਹਦੇ 'ਚ ਜਿਹੜੀ ਆ ਤਫਤੀਸ਼ ਕਰਕੇ ਫਿਰ ਬੰਦਿਆਂ ਦੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਪੰਜਾਬ ਦੀਆਂ ਵੱਡੀਆਂ ਅਤੇ ਤਾਜ਼ਾ ਖਬਰਾਂ ਦੇ ਲਈ ਅੱਜ ਦੀ ਆਵਾਜ਼ ਦੇ ਫੇਸਬੁੱਕ ਪੇਜ ਨੂੰ ਲਾਈਕ ਕਰੋ ਪੇਜ ਫੋਲੋ ਕਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਕਰੋ ਦੇਸ਼ ਵਿਦੇਸ਼ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਅੱਜ ਦੀ ਆਵਾਜ਼ ਨੂੰ ਸਬਸਕ੍ਰਾਈਬ ਕਰੋ ਹਰ ਇੱਕ ਤਰ੍ਹਾਂ ਦੀ ਲੇਟੈਸਟ ਬ੍ਰੇਕਿੰਗ ਖਬਰ ਲਈ ਸਾਨੂੰ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਵੀ ਫੋਲੋ ਕਰੋ ਦੇਸ਼ ਵਿਦੇਸ਼ ਦੀ ਹਰ ਇੱਕ ਤਰ੍ਹਾਂ ਦੀ ਖਬਰ ਹੁਣ ਤੁਹਾਨੂੰ ਮਿਲੇਗੀ ਸਿਰਫ ਅੱਜ ਦੀ ਆਵਾਜ਼ ਦੇ ਉੱਤੇ ਤੁਸੀਂ ਅੱਜ ਦੀ ਆਵਾਜ਼ ਦਾ ਈ ਪੇਪਰ ਐਡੀਸ਼ਨ ਪੜ੍ਹਨ ਲਈ ਸਾਡੀ ਵੈਬਸਾਈਟ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਕੈਨੇਡਾ ਹੋਵੇ ਜਾਂ ਫਿਰ ਇੰਗਲੈਂਡ ਅਮਰੀਕਾ ਹੋਵੇ ਜਾਂ ਫਿਰ ਆਸਟ੍ਰੇਲੀਆ ਪੰਜਾਬੀ ਭਾਈਚਾਰੇ ਨਾਲ ਜੁੜੀ ਹਰ ਇੱਕ ਖਬਰ ਪਹੁੰਚਾਈ ਜਾਵੇਗੀ ਤੁਹਾਡੇ ਤੱਕ ਚੁੱਕੇ ਜਾਣਗੇ ਮਸਲੇ ਹੋਵੇਗੀ ਹੱਕ ਦੀ ਗੱਲ ਗਰੀਬਾਂ ਅਤੇ ਪਿਛੜਿਆਂ ਦਾ ਇੱਕੋ ਇੱਕ ਭਰੋਸੇਮੰਦ ਨਿਊਜ਼ ਚੈਨਲ ਅੱਜ ਦੀ ਆਵਾਜ਼ ਰੋਜ਼ਾਨਾ ਅੱਜ ਦੀ ਆਵਾਜ਼ ਪੰਜਾਬ ਦੀ ਭਰੋਸੇਮੰਦ ਅਖ਼ਬਾਰ